ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ ਇੱਕ ਤਸਵੀਰ ਸਭ ਤੋਂ ਪਹਿਲਾਂ ਤੁਹਾਨੂੰ ਸਕਰੀਨ ਤੇ ਦਿਖਾਉਂਦੇ ਆਂ ਔਰ ਆਮ ਬੰਦਾ ਜਦੋਂ ਇਹ ਤਸਵੀਰ ਦੇਖੇਗਾ ਉਹ ਤਸਵੀਰ ਦੇਖ ਕੇ ਮੂੰਹੋਂ ਇਹੀ ਨਿਕਲੇਗਾ ਕਿ ਇੰਨੇ ਪੈਸੇ ਔਰ ਇੰਨੇ ਨੋਟ ਅੰਨੀਆਂ ਗੱਡੀਆਂ ਤਾਂ ਕਦੇ ਅਸੀਂ ਇਕੱਠੀਆਂ ਦੇਖੀਆਂ ਹੀ ਨਹੀਂ ਹੋਣੀਆਂ ਤਾਂ ਤਸਵੀਰ ਇਹ ਦੱਸੀ ਜਾ ਰਹੀ ਹੈ ਕਾਨਪੁਰ ਦੀ ਔਰ ਇੱਕ ਕਾਰੋਬਾਰੀ ਦੇ ਘਰ ਇਨਕਮ ਟੈਕਸ ਦੀ ਰੇਡ ਇੱਕ ਪਰਫਿਊਮ ਕਾਰੋਬਾਰੀ ਦੇ ਘਰ ਇਨਕਮ ਟੈਕਸ ਦੀ ਰੇਡ ਵੱਜੀ ਹੈ ਜਿਸ ਦੌਰਾਨ 150 ਕਰੋੜ ਬਰਾਮਦ ਹੋਇਆ ਤਸਵੀਰਾਂ ਲਗਾਤਾਰ ਦਿਖਾਵਾਂਗੇ ਔਰ ਜੋ ਵੀਡੀਓ ਤੱਕ ਪਹੁੰਚੀ ਹੈ ਦੱਸਿਆ ਜਾ ਰਿਹਾ ਹੈ ਕਿ ਨੋਟ ਗਿਣਨ ਵਾਲੀਆਂ ਚਾਰ ਮਸ਼ੀਨਾਂ ਲੋਕ ਲੈ ਕੇ ਗਏ ਸਨ ਤਾਂ ਚਾਰ ਮਸ਼ੀਨਾਂ ਵੀ ਘਟ ਪਈਆਂ ਨੇ ਔਰ ਸਾਰੀ ਰਾਤ ਲਗਾ ਕੇ ਸਵੇਰ ਤੱਕ ਸਿਰਫ ਉਹਨਾਂ ਮਸ਼ੀਨਾਂ ਦੀ ਮਦਦ ਨਾਲ 40 ਕਰੋੜ ਕਾਊਂਟ ਹੋਇਆ ਔਰ ਫਿਰ ਦੋ ਮਸ਼ੀਨਾਂ ਹੋਰ ਮੰਗਾਈਆਂ ਗਈਆਂ ਨੇ ਤੇ ਉਸ ਤੋਂ ਬਾਅਦ 6 ਮਸ਼ੀਨਾਂ ਵੀ ਘਟ ਪੈ ਗਈਆਂ ਉਸ ਤੋਂ ਬਾਅਦ ਦੋ ਮਸ਼ੀਨਾਂ ਹੋਰ ਮੰਗਾਈਆਂ ਗਈਆਂ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਮਸ਼ੀਨਾਂ ਦੀ ਮਦਦ ਨਾਲ ਵੀ ਇੰਨੀ ਵੱਡੀ ਰਕਮ ਜਿਹੜੀ ਹੈ ਉਹ ਪੂਰੀ ਰਾਤ ਤੇ ਪੂਰਾ ਦਿਨ ਲਗਾ ਕੇ ਗਿਣਨੀ ਔਖੀ ਹੋ ਗਈ ਸੀ ਤਾਂ ਤਤ ਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਦੱਸੀ ਜਾ ਰਹੀ ਕਾਨਪੂਰ ਦੇ ਕਾਰੋਬਾਰੀ ਪਿਊਸ਼ ਜੈਨ ਦੇ ਘਰ ਇਹ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਹੋਈ ਸੀ ਔਰ ਛਾਪੇਮਾਰੀ ਦੇ ਦੌਰਾਨ ਇਨਕਮ ਟੈਕਸ ਵਿਭਾਗ ਨੇ ਜੋ ਬਰਾਮਦਗੀ ਕੀਤੀ ਹੈ ਉਹ ਤਸਵੀਰਾਂ ਦੇ ਵਿੱਚ ਕੈਦ ਹੋਈ ਔਰ ਅਲਮਾਰੀਆਂ ਦੇ ਵਿੱਚ ਜਿਨਾਂ ਅਲਮਾਰੀਆਂ ਦੇ ਵਿੱਚ ਕੱਪੜੇ ਹੋਣੇ ਚਾਹੀਦੇ ਸਨ ਔਰ ਜ਼ਰੂਰੀ ਸਾਜੋ ਸਮਾਨ ਹੋਣਾ ਚਾਹੀਦਾ ਸੀ ਉਹਨਾਂ ਅਲਮਾਰੀਆਂ ਦੇ ਵਿੱਚ ਵੀ ਨੋਟਾਂ ਦੀਆਂ ਗੱਡੀਆਂ ਪਾਈਆਂ ਗਈਆਂ ਨੇ ਤਸਵੀਰਾਂ ਲਗਾਤਾਰ ਉਹਨਾਂ ਅਲਮਾਰੀਆਂ ਦੀ ਵੀ ਤੁਹਾਨੂੰ ਦਿਖਾਵਾਂਗੇ ਔਰ ਕਈ ਘੰਟੇ ਇਹ ਛਾਪੇਮਾਰੀ ਚੱਲੀ ਹੈ ਔਰ ਕਾਰਟਨ ਜਿਹੜੇ ਹੁੰਦੇ ਨੇ ਉਹ ਵੀ ਨੋਟਾਂ ਦੇ ਨਾਲ ਭਰੇ ਹੋਏ ਸੀ ਤਾਂ ਘਰ ਦੇ ਜਿਸ ਕੋਨੇ ਤੇ ਵੀ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਹੱਥ ਪਾਉਂਦੇ ਸਨ ਉੱਥੋਂ ਨੋਟਾਂ ਦੀਆਂ ਗੱਡੀਆਂ ਜਾਂ ਨੋਟਾਂ ਦੇ ਭਰੇ ਹੋਏ ਕਾਰਟਨ ਜਿਹੜੇ ਨੇ ਉਹ ਬਰਾਮਦ ਹੁੰਦੇ ਸੀ ਤਾਂ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਔਰ ਦੱਸ ਜੀਏ ਕਿ ਕਨੌਜ ਦੇ ਇਸ ਕਾਰੋਬਾਰੀ ਪਿਊਸ਼ ਜੈਨ ਦੇ ਸੰਬੰਧ ਸਿਆਸਤਦਾਨਾਂ ਦੇ ਨਾਲ ਵੀ ਨੇ ਅਗਲੇਸ਼ যাদਬ ਦੇ ਨਾਲ ਇਹਨਾਂ ਦੇ ਕਰੀਬੀ ਸੰਬੰਧ ਦੱਸੇ ਜਾ ਰਹੇ ਨੇ ਔਰ ਤਸਵੀਰਾਂ ਤੁਸੀਂ ਦੇਖੋ ਛਾਪੇਮਾਰੀ ਕਰੀਬ 24 ਘੰਟੇ ਚੱਲੀ ਔਰ ਪਿਊਸ਼ ਜੈਨ ਦੇ ਘਰ ਨੋਟਾਂ ਦੇ ਬੰਡਲ ਜਿਹੜੇ ਨੇ ਉਸ ਦਾ ਢੰਡਾਰ ਲੱਗਿਆ ਹੋਇਆ ਸੀ ਅਧਿਕਾਰੀਆਂ ਨੇ ਵੀ ਇਸ ਦੀ ਜਾਣਕਾਰੀ ਦਿੱਤੀ ਹੈ ਔਰ ਤਸਵੀਰਾਂ ਤੁਸੀਂ ਦੇਖੋ ਕਾਰੋਬਾਰੀ ਪਿਊਸ਼ ਜੈਨ ਪਰਫਿਊਮ ਕਾਰੋਬਾਰੀ ਹੈ ਇਤਰ ਬਣਾਉਂਦੇ ਨੇ ਔਰ ਨੋਟ ਗਿਣਨ ਦੇ ਲਈ ਮਸ਼ੀਨਾਂ ਘੱਟ ਪਈਆਂ ਨੇ ਵੱਡੇ ਵੱਡੇ ਬਕਸੇ ਜਿਹੜੇ ਨੇ ਉਹ ਮੰਗਵਾਏ ਗਏ ਸਨ ਫੀਲ ਦੇ ਵੱਡੇ 6 ਬਕਸੇ ਮੰਗਵਾਏ ਗਏ ਪਰ ਨੋਟ ਜਿਹੜੇ ਨੇ ਉਹ ਰੱਖਣ ਦੀ ਥਾਂ ਨਹੀਂ ਤਾਂ ਪਿਊਜਨ ਕਨੈਕਨੋਜ ਦੇ ਇਸ ਵੱਡੇ ਕਾਰੋਬਾਰੀ ਦੇ ਚਰਚੇ ਨੇ ਕਾਂਪੂਰ ਦੇ ਵਿੱਚ ਮੁੰਬਈ ਦੇ ਵਿੱਚ ਵੀ ਇਹਨਾਂ ਦਾ ਆਫਿਸ ਹੈ ਔਰ ਇਨਕਮ ਟੈਕਸ ਨੂੰ ਜੋ ਛਾਪੇ ਮਾਰੀ ਦੇ ਦੌਰਾਨ ਡਿਟੇਲਸ ਮਿਲੀਆਂ ਨੇ 40 ਤੋਂ ਵੱਧ ਕੰਪਨੀਆਂ ਪਿਊਜਨ ਦੀਆਂ ਦੱਸੀਆਂ ਜਾ ਰਹੀਆਂ ਨੇ ਅੱਜ ਵੀ ਜ਼ਿਆਦਾਤਰ ਪਾਨ ਮਸਾਲਾ ਯੂਨਿਟ ਪਾਨ ਮਸਾਲਾ ਕੰਪਾਊਂਡ ਪਿਊਜਨ ਦੇ ਨਾਮ ਦੇ ਨਾਲ ਜੁੜਦੇ ਨੇ ਔਰ ਤਸਵੀਰਾਂ ਤੁਸੀਂ ਦੇਖੋ ਇਨਕਮ ਟੈਕਸ ਵਿਭਾਗ ਦੇ ਛਾਪੇਮਾਰੀ ਦੇ ਦੌਰਾਨ ਜੋ ਬਰਾਮਦਗੀ ਹੋਈ ਹੈ ਔਰ ਨੋਟਾਂ ਦੀ ਗਿਣਤੀ ਕਰਨੀ ਵੀ ਔਖੀ ਹੋ ਗਈ ਤਸਵੀਰਾਂ ਲਗਾਤਾਰ ਸਕਰੀਨਸ ਤੇ ਦਿਖਾਉਂਦੇ ਰਵਾਂਗੇ